ਪੰਜਾਬੀ ਸਟੱਡੀ ਪੁਆਇੰਟ 63 ਵੇਖ ਰਹੇ ਸਾਰੇ ਹੀ ਵਿਊਜ਼ ਇਸ ਚੈਨਲ 'ਤੇ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ। ਮੈਂ ਅਮਰਜੀਤ ਕੌਰ ਅਗਲੀ ਵੀਡੀਓ ਲੈ ਕੇ ਆਪ ਜੀ ਦੇ ਸਨਮੁੱਖ ਪੇਸ਼ ਹੈਗੀ ਹਾਂ। ਅਤੇ ਇਸ ਵੀਡੀਓ ਵਿੱਚ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ BA ਦੇ ਭਾਗ ਦੂਜਾ ਭਾਵ ਤੀਜਾ ਸਮੈਸਟਰ, ਇਸ ਦਾ ਵਿਸ਼ਾ ਹੈ ਪੰਜਾਬੀ ਇਲੈਕਟਿਵ, ਇਸ ਨਾਲ ਸੰਬੰਧਿਤ ਪਾਠਕ੍ਰਮ ਅਸੀਂ ਇਸ ਵੀਡੀਓ ਦੇ ਵਿੱਚ ਵਾਚਣਾ ਹੈਗਾ। ਦੇਖਣਾ ਹੈ ਕਿ ਅਸੀਂ ਕਿਹੜੀਆਂ ਕਿਹੜੀਆਂ ਪੁਸਤਕਾਂ ਪੜ੍ਹਨੀਆਂ ਨੇ ਔਰ ਉਹਨਾਂ ਪੁਸਤਕਾਂ ਦੇ ਵਿੱਚੋਂ ਪ੍ਰਸ਼ਨ ਉੱਤਰ ਕਿੱਦਾਂ ਦੇ ਆਉਣੇ ਹੈਗੇ ਨੇ ਅਤੇ ਹਰੇਕ ਪ੍ਰਸ਼ਨ ਉੱਤਰ ਕਿੰਨੇ ਨੰਬਰ ਦਾ ਹੋਵੇਗਾ। ਤਾਂ ਇਹ ਜਿਹੜਾ ਸਾਡਾ ਵਿਸ਼ਾ ਹੈ ਇਸ ਦੇ ਕੁੱਲ ਅੰਕ ਹੈਗੇ ਨੇ 100 ਅਤੇ ਲਿਖਤੀ ਪੇਪਰ 90 ਨੰਬਰ ਦਾ ਹੋਵੇਗਾ ਅਤੇ ਇੰਟਰਨਲ ਅਸੈਸਮੈਂਟ 10 ਨੰਬਰ ਦੀ ਹੈ ਜਿਹੜੀ ਕਿ ਤੁਹਾਡੇ ਪ੍ਰੋਫੈਸਰ ਸਾਹਿਬਾਨ ਯੂਨੀਵਰਸਿਟੀ ਨੂੰ ਭੇਜਦੇ ਹੈਗੇ ਨੇ। ਅਤੇ ਇਸ ਪੇਪਰ ਦੇ ਲਈ ਸਮਾਂ ਹੈ 3 ਘੰਟੇ ਦਾ। ਪਾਠਕ੍ਰਮ ਦੇ ਜਿਹੜੇ ਅੱਗੇ ਹੈਗੇ ਨੇ ਸਾਡੇ ਕੋਲ 5 ਭਾਗ ਹੈਗੇ ਨੇ। ਪਹਿਲਾ ਭਾਗ ਹੈ ਮੱਧਕਾਲ ਦੀ ਚੋਣ ਲਈ ਕਵਿਤਾ ਅਤੇ ਇਸ ਨਾਲ ਸੰਬੰਧਿਤ ਜੋ ਵੀ ਪ੍ਰਸ਼ਨ ਪੇਪਰ ਦੇ ਵਿੱਚ ਆਉਣੇ ਨੇ ਉਹ 25 ਨੰਬਰਾਂ ਦੇ ਹੋਣਗੇ ਜੋ ਇਸ ਪੁਸਤਕ ਦੇ ਵਿੱਚੋਂ ਆਉਣੇ ਨੇ। ਦੂਸਰੀ ਪਾਠ ਪੁਸਤਕ ਹੈ ਸਫ਼ਰਨਾਮੇ ਦਾ ਅਧਿਐਨ, ਇਸ ਦੇ ਵਿੱਚੋਂ 25 ਨੰਬਰਾਂ ਦੇ ਪ੍ਰਸ਼ਨ ਨੇ। ਤੀਸਰਾ ਭਾਗ ਹੈ ਜੋ ਸਾਡੇ ਪਾਠਕ੍ਰਮ ਦਾ ਉਹ ਹੈ ਪੰਜਾਬੀ ਸਾਹਿਤ ਦਾ ਇਤਿਹਾਸ, ਇਸ ਵਿੱਚੋਂ 20 ਨੰਬਰ ਦੇ ਪ੍ਰਸ਼ਨ ਤੁਹਾਨੂੰ ਪੇਪਰ ਦੇ ਵਿੱਚ ਆਉਣੇ ਨੇ। ਚੌਥਾ ਭਾਗ ਹੈ ਜੋ ਉਹ ਹੈ ਭਾਰਤੀ ਕਾਵਿ ਸ਼ਾਸਤਰ, ਇਸ ਨਾਲ ਸੰਬੰਧਿਤ 10 ਨੰਬਰ ਦੇ ਪ੍ਰਸ਼ਨ ਉੱਤਰ ਆਉਣੇ ਆ ਤੁਹਾਨੂੰ ਪ੍ਰੀਖਿਆ ਦੇ ਵਿੱਚ। ਪੰਜਵਾਂ ਭਾਗ ਹੈ ਭਾਸ਼ਾ ਵਿਗਿਆਨ, ਇਸ ਵਿੱਚੋਂ 10 ਨੰਬਰ ਦੇ ਪ੍ਰਸ਼ਨ ਤੁਹਾਨੂੰ ਆਉਣੇ ਹੈਗੇ ਨੇ। ਹੁਣ ਅਸੀਂ ਇਸ ਦਾ ਵਿਸਥਾਰ ਸਹਿਤ ਵੇਰਵਾ ਦੇਖਦੇ ਹੈਗੇ ਹਾਂ ਵੀ ਸਾਨੂੰ ਕਿਹੜੀਆਂ ਕਿਹੜੀਆਂ ਪੁਸਤਕਾਂ ਲੱਗੀਆਂ ਨੇ ਪੇਪਰ ਦੇ ਵਿੱਚ ਔਰ ਪੇਪਰ ਦੇ ਵਿੱਚ ਸਾਨੂੰ ਕਿਸ ਪ੍ਰਸ਼ਨ ਦੇ ਨਾਲ ਸੰਬੰਧਿਤ ਕਿੰਨੇ ਨੰਬਰ ਦਾ ਜਿਹੜਾ ਹੈ ਪੇਪਰ ਸੋਲਵ ਕਰਨਾ ਹੋਵੇਗਾ। ਤਾਂ ਤੁਹਾਡੇ ਕੋਰਸ ਦੇ ਵਿੱਚ ਜੋ ਪਹਿਲੀ ਪਾਠ ਪੁਸਤਕ ਹੈ ਉਹ ਹੈ ਮੱਧਕਾਲੀ ਪੰਜਾਬੀ ਕਾਵਿ ਰੰਗ, ਇਸ ਨੂੰ ਸੰਪਾਦਿਤ ਕੀਤਾ ਹੈ ਪ੍ਰੋਫੈਸਰ ਯੋਗਰਾਜ ਨੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਠੀਕ ਹੈ, ਇਹ ਤੁਹਾਡੀ ਨਿਰਧਾਰਤ ਪਾਠ ਪੁਸਤਕ ਹੈਗੀ ਹੈ। ਜਿਹੜੀ ਇਹ ਪਾਠ ਪੁਸਤਕ ਹੈਗੀ ਬੇਟਾ, ਇਸ ਦੇ ਅੱਗੋਂ 3 ਭਾਗ ਹੈਗੇ ਨੇ। ਪਹਿਲਾ ਭਾਗ ਹੈ ਜਿਹੜਾ ਸਾਡਾ ਗੁਰਮਤਿ ਕਾਵਧਾਰਾ ਦਾ ਹੈ, ਦੂਜਾ ਭਾਗ ਹੈ ਸੂਫੀ ਕਾਵਧਾਰਾ ਦਾ ਅਤੇ ਤੀਜਾ ਭਾਗ ਹੈ ਕਿੱਸਾ ਕਾਵਧਾਰਾ ਦਾ। ਪਹਿਲਾ ਭਾਗ ਹੈ ਜੋ ਸਾਡਾ ਗੁਰਮਤਿ ਕਾਵਧਾਰਾ, ਇਸ ਨਾਲ ਸੰਬੰਧਿਤ ਸਾਡੇ ਕੋਲ 6 ਕਵੀ ਹੈਗੇ ਨੇ। ਪਹਿਲੇ ਸ਼੍ਰੀ ਗੁਰੂ ਨਾਨਕ ਦੇਵ ਜੀ, ਦੂਜੇ ਸ਼੍ਰੀ ਗੁਰੂ ਅਰਜਨ ਦੇਵ ਜੀ, ਤੀਜੇ ਹੈਗੇ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ, ਚੌਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਪੰਜਵੇਂ ਭਗਤ ਕਬੀਰ ਜੀ ਅਤੇ 6ਵੇਂ ਹੈਗੇ ਨੇ ਭਗਤ ਰਵਿਦਾਸ ਜੀ। ਸਾਡੇ ਸਿਲੇਬਸ ਦੇ ਵਿੱਚ ਸਿਰਫ ਇਹ ਆਪਾਂ ਪੜ੍ਹਨੇ ਹੈਗੇ। ਠੀਕ ਹੈ, ਭਾਵ ਗੁਰਮਤਿ ਕਾਵਧਾਰਾ ਹੀ ਸਾਡੇ ਸਿਲੇਬਸ ਦੇ ਵਿੱਚ ਦਰਜ ਹੈਗੀ ਆ ਤੀਜੇ ਸਮੈਸਟਰ ਦੇ ਵਿੱਚ। ਸਾਡੀ ਇਹੀ ਪਾਠ ਪੁਸਤਕ ਚੌਥੇ ਸਮੈਸਟਰ ਦੇ ਲਈ ਵੀ ਲੋੜੀਂਦੀ ਹੈਗੀ ਆ, ਕਿਉਂਕਿ ਉਸਦਾ ਜਿਹੜਾ ਉਸਦੇ ਵਿੱਚ ਭਾਗ ਦੂਜਾ ਸੂਫੀ ਕਾਵਧਾਰਾ ਅਤੇ ਭਾਗ ਤੀਜਾ ਕਿੱਸਾ ਕਾਵਧਾਰਾ, ਇਹ ਜਿਹੜੇ ਹੈਗੇ ਨੇ ਚੌਥੇ ਸਿਲੇਬਸ ਚੌਥੇ ਸਮੈਸਟਰ ਦੇ ਸਿਲੇਬਸ ਦੇ ਵਿੱਚ ਦਰਜ ਹੈਗੇ ਨੇ। ਅਤੇ ਮੈਂ ਇਸ ਚੈਨਲ ਦੇ ਉੱਤੇ ਇਹਨਾਂ ਦੇ ਨਾਲ ਰਿਲੇਟਡ ਕੁਝ ਕੁ ਕੰਮ
ਕੀਤਾ ਹੋਇਆ ਹੈਗਾ ਅਤੇ ਤੁਸੀਂ ਅਗਲੇ ਸਮੈਸਟਰ ਦੇ ਵਿੱਚ ਵੀ ਉਹ ਪੜ੍ਹ ਸਕਦੇ ਹੈਗੇ। ਤਾਂ ਇਹ ਤਾਂ ਸੀਗੀ ਆਪਣੀ ਪਹਿਲੀ ਪਾਠ ਪੁਸਤਕ ਜਿਸਦਾ ਨਾਮ ਹੈ ਮੱਧਕਾਲੀ ਪੰਜਾਬੀ ਕਾਵਿ ਰੰਗ। ਇਹਦੇ ਵਿੱਚ ਆਪਾਂ ਨੂੰ 25 ਨੰਬਰ ਦੇ ਪ੍ਰਸ਼ਨ ਆਉਣੇ ਹੈਗੇ ਨੇ। ਅਤੇ ਦੂਸਰੀ ਜਿਹੜੀ ਪਾਠ ਪੁਸਤਕ ਹੈ ਸਾਨੂੰ ਲੱਗੀ ਹੈਗੀ ਹੈ ਸਿਲੇਬਸ ਦੇ ਵਿੱਚ, ਉਹ ਹੈ ਦੁਨੀਆ ਇੱਕ ਮਹੱਲ ਹੈ। ਇਹ ਇੱਕ ਸਫ਼ਰਨਾਮਾ ਹੈ। ਸਫ਼ਰਨਾਮਾ ਮੇਰੇ ਹਿਸਾਬ ਅਨੁਸਾਰ ਤੁਹਾਨੂੰ ਪਤਾ ਹੀ ਹੋਵੇਗਾ ਕਿਉਂਕਿ ਸਾਹਿਤ ਦੇ ਰੂਪਾਂ ਬਾਰੇ ਤੁਸੀਂ ਪਲੱਸ ਟੂ ਦੇ ਵਿੱਚ ਹੀ ਪੜ੍ਹਿਆ ਹੋਊਗਾ ਜ਼ਰੂਰ। ਤਾਂ ਸਫ਼ਰਨਾਮਾ ਹੁੰਦਾ ਹੈਗਾ ਵੀ ਜੋ ਵਿਅਕਤੀ ਘੁੰਮਦਾ ਹੈ, ਸੈਰ ਕਰਦਾ ਹੈ, ਸਫ਼ਰ ਕਰਦਾ ਹੈ, ਉਸ ਨਾਲ ਰਿਲੇਟਡ ਜੋ ਕੁਝ ਵੀ ਉਹ ਲਿਖਦਾ ਹੈ ਸਾਹਿਤ ਰੂਪ ਦੇ ਵਿੱਚ ਉਹਨੂੰ ਸਫ਼ਰਨਾਮਾ ਕਿਹਾ ਜਾਂਦਾ ਹੈ। ਅਤੇ ਇਹ ਸਫ਼ਰਨਾਮਾ ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਦਾ ਲਿਖਿਆ ਹੋਇਆ ਹੈਗਾ ਅਤੇ ਇਹ ਵੀ ਸਾਡੇ ਸਿਲੇਬਸ ਦੇ ਵਿੱਚ ਦਰਜ ਹੈ। ਅਤੇ ਇਸ ਨਾਲ ਸੰਬੰਧਿਤ ਸਾਨੂੰ 25 ਪ੍ਰਸ਼ਨਾਂ ਨੰਬਰਾਂ ਦੇ ਸੋਰੀ ਪ੍ਰਸ਼ਨ ਉੱਤਰ ਸਾਡੇ ਪੇਪਰ ਦੇ ਵਿੱਚ ਆਉਣੇ ਹੈਗੇ ਨੇ। ਅਤੇ ਹੁਣ ਅਸੀਂ ਬਾਕੀ ਦੇਖਦੇ ਹੈਗੇ ਹਾਂ। ਤਾਂ ਇਹਨਾਂ ਪਾਠ ਪੁਸਤਕਾਂ ਦੇ ਨਾਲ ਸੰਬੰਧਿਤ ਅੱਗੇ ਆਪਾਂ ਦੇਖਾਂਗੇ ਵੀ ਕਿਹੜਾ ਪ੍ਰਸ਼ਨ ਹੈ ਕਿੰਨੇ ਨੰਬਰ ਦਾ ਆਊਗਾ। ਤਾਂ ਯੂਨਿਟ ਅਤੇ ਥੀਮ, ਪਹਿਲਾ ਪ੍ਰਸ਼ਨ ਹੈ ਜਿਹੜਾ ਸਾਡਾ, ਇਸਦੇ ਦੋ ਭਾਗ ਹੈਗੇ ਨੇ। ਊੜਾ ਭਾਗ ਦੇ ਵਿੱਚ ਮੱਧਕਾਲੀ ਪੰਜਾਬੀ ਕਾਵਿ ਰੰਗ, ਇਸ ਪਾਠ ਪੁਸਤਕ ਦੇ ਵਿੱਚੋਂ ਪ੍ਰਸੰਗ ਦੱਸ ਕੇ ਵਿਆਖਿਆ ਦੋ ਪੈਰਾਗ੍ਰਾਫ ਦਿੱਤੇ ਹੋਣਗੇ ਅਤੇ ਉਹਨਾਂ ਵਿੱਚੋਂ ਅਸੀਂ ਇੱਕ ਹੱਲ ਕਰਨੀ ਹੋਊਗੀ। ਅਤੇ ਜਿਹੜਾ ਹੈ ਆਂਸਰ ਦੇ 10 ਨੰਬਰ ਨਿਰਧਾਰਿਤ ਹੈਗੇ ਆ ਤੁਹਾਨੂੰ। ਅਤੇ ਇਸ ਦੇ ਪ੍ਰਸ਼ਨ ਦਾ ਆੜਾ ਭਾਗ ਹੈ। ਆੜੇ ਭਾਗ ਦੇ ਵਿੱਚ ਜਿਹੜੀ ਇਹ ਪੁਸਤਕ ਹੈ ਪੰਜਾਬੀ ਕਾਵਿ ਰੰਗ ਵਾਲੀ 'ਚ, ਇਸ ਪੁਸਤਕ ਦੇ ਵਿੱਚੋਂ ਹੀ ਕੋਈ ਵੀ ਕਵਿਤਾ ਦੇ ਦੇਣੀ ਹੈ, ਉਸਦਾ ਵਿਸ਼ਾ ਵਸਤੂ ਪੁੱਛਿਆ ਜਾ ਸਕਦਾ ਹੈ ਜਾਂ ਫਿਰ ਥੀਮ ਸਪਸ਼ਟ ਕਰਨ ਲਈ ਕਿਹਾ ਜਾ ਸਕਦਾ ਹੈ। ਅਤੇ ਇਹ 15 ਨੰਬਰ ਦਾ ਪ੍ਰਸ਼ਨ ਹੋਣਾ ਹੈਗਾ ਤੁਹਾਡਾ, ਠੀਕ ਹੈ। ਅਤੇ ਦੂਸਰਾ ਜੋ ਪ੍ਰਸ਼ਨ ਹੈ ਸਾਡਾ, ਇਸਦੇ ਵੀ ਅੱਗੋਂ ਜਿਹੜੇ ਹੈਗੇ ਨੇ ਭਾਗ ਹੋ ਸਕਦੇ ਨੇ। ਤਾਂ ਇਹਦਾ ਊੜਾ ਭਾਗ ਹੈ ਸਾਡਾ, ਦੁਨੀਆ ਇੱਕ ਮਹੱਲ ਹੈ, ਜਿਹੜਾ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ ਵੀ ਸਫ਼ਰਨਾਮਾ ਹੈ ਗੁਰਬਖਸ਼ ਸਿੰਘ ਜੀ ਦਾ ਲਿਖਿਆ ਹੋਇਆ ਹੈ। ਇਸ ਨੂੰ ਕਸਤੂਰੀ ਲਾਲ ਐਂਡ ਸੰਜ਼ ਅੰਮ੍ਰਿਤਸਰ ਨੇ ਪ੍ਰਕਾਸ਼ਿਤ ਕੀਤਾ ਹੈਗਾ। ਅਤੇ ਇਸ ਸਫ਼ਰਨਾਮੇ ਪੁਸਤਕ ਦੇ ਆਧਾਰ 'ਤੇ ਪ੍ਰਮੁੱਖ ਥਾਵਾਂ ਅਤੇ ਘਟਨਾਵਾਂ ਦੇ ਵੇਰਵੇ ਸੰਬੰਧੀ ਪ੍ਰਸ਼ਨ ਉੱਤਰ ਜਿਹੜੇ ਹੈਗੇ ਨੇ ਸਾਡੇ ਕੋਲੋਂ ਪੁੱਛੇ ਜਾ ਸਕਦੇ ਹੈਗੇ ਨੇ। ਅਤੇ ਦੋ ਪ੍ਰਸ਼ਨ ਦਿੱਤੇ ਹੋਣਗੇ ਅਤੇ ਇਹਦੇ ਵਿੱਚੋਂ ਅਸੀਂ ਇੱਕ ਪ੍ਰਸ਼ਨ ਹੱਲ ਕਰ ਸਕਦੇ ਹੈਗੇ ਹਾਂ। ਤਾਂ ਹਰੇਕ ਉਸ ਪ੍ਰਸ਼ਨ ਦਾ ਉੱਤਰ ਹੈਗਾ 15 ਨੰਬਰਾਂ ਦਾ, ਠੀਕ ਹੈ। ਤਾਂ ਤੀਸਰਾ ਪ੍ਰਸ਼ਨ ਹੈ ਜਿਹੜਾ ਸਾਡਾ, ਉਹ ਹੈ ਕਾਵਿ ਸੰਗ੍ਰਹਿ ਅਤੇ ਸਫ਼ਰਨਾਮੇ ਦੋਹਾਂ ਵਿੱਚੋਂ ਲਘੂ ਉੱਤਰਾਂ ਵਾਲੇ ਪ੍ਰਸ਼ਨ, ਭਾਵ ਛੋਟੇ ਪ੍ਰਸ਼ਨਾਂ ਵਾਲੇ ਉੱਤਰ ਹੈਗੇ ਨੇ ਜਿਹੜੇ ਉਹ ਸਾਡੇ ਕੋਲੋਂ ਪੁੱਛੇ ਜਾਣੇ ਹੈਗੇ ਨੇ। 8 ਪ੍ਰਸ਼ਨ ਦਿੱਤੇ ਹੋਣਗੇ, ਅਸੀਂ 5 ਪ੍ਰਸ਼ਨਾਂ ਦੇ ਉੱਤਰ ਦੇਣੇ ਨੇ। ਅਤੇ ਹਰੇਕ ਪ੍ਰਸ਼ਨ ਦਾ ਉੱਤਰ ਹੈ 3-4 ਲਾਈਨਾਂ ਤੋਂ ਵੱਧ ਨਹੀਂ ਹੋਣਾ ਚਾਹੀਦਾ ਕਿਉਂਕਿ ਹਰੇਕ ਪ੍ਰਸ਼ਨ ਦੇ ਸਾਨੂੰ ਸਿਰਫ 2 ਨੰਬਰ ਮਿਲਣੇ ਨੇ। ਇਹ 10 ਨੰਬਰਾਂ ਦਾ ਪ੍ਰਸ਼ਨ ਹੋਵੇਗਾ। ਅੱਗੇ ਹੈ ਪੰਜਾਬੀ ਸਾਹਿਤ ਦਾ ਇਤਿਹਾਸ, ਇਸ ਵਿੱਚ ਜਿਹੜਾ ਹੈ ਗੁਰਮਤਿ ਕਾਵਿ ਅਤੇ ਭਗਤੀ ਕਾਵਿ ਦੇ ਨਾਲ ਸੰਬੰਧਿਤ ਜਿਹੜੇ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਹੋਣਗੇ। ਅਤੇ ਇਹ ਸਾਡੇ ਹੈਗੇ ਨੇ 6 ਪ੍ਰਸ਼ਨ ਦਿੱਤੇ ਹੋਣਗੇ, ਇਹਨਾਂ ਵਿੱਚੋਂ 4 ਪ੍ਰਸ਼ਨਾਂ ਦੇ ਉੱਤਰ ਅਸੀਂ ਦੇਣੇ ਹੋਣਗੇ। ਅਤੇ ਹਰੇਕ ਪ੍ਰਸ਼ਨ ਦੇ ਜਿਹੜੇ ਹੈਗੇ ਨੇ 5 ਨੰਬਰ ਮਿਲਣੇ ਹੈਗੇ ਨੇ। ਇਹ ਕੁੱਲ 20 ਨੰਬਰਾਂ ਦੇ ਪ੍ਰਸ਼ਨ ਹੋਣਗੇ। ਅੱਗੇ ਹੈ ਭਾਰਤੀ ਕਾਵਿ ਸ਼ਾਸਤਰ, ਇਸਦੀ ਮੁੱਢਲੀ ਜਾਣ ਪਛਾਣ। ਅਤੇ ਇਹਦੇ ਵਿੱਚ 2 ਪ੍ਰਕਾਰ ਦੇ ਆਪਾਂ ਨੇ ਜਿਹੜੇ ਹੈਗੇ ਨੇ ਕਾਵਿ ਸ਼ਾਸਤਰ, ਜਿਵੇਂ ਰਸ ਸੰਪਰਦਾਇ ਅਤੇ ਵਕੋ ਵਕਰੋਕਤੀ ਸੰਪਰਦਾਇ।
ਇਹ ਆਪਾਂ ਪੜ੍ਹਨੇ ਹੈਗੇ ਨੇ ਅਤੇ ਦੋ ਪ੍ਰਸ਼ਨ ਦਿੱਤੇ ਹੋਣਗੇ, ਉਹਨਾਂ 'ਚ ਇੱਕ ਪ੍ਰਸ਼ਨ ਹੱਲ ਕਰਨਾ ਹੈ, ਇਹ ਵੀ 10 ਨੰਬਰ ਦਾ ਹੋਊਗਾ। ਅਤੇ 6ਵਾਂ ਪ੍ਰਸ਼ਨ ਹੈ ਉਹ ਹੈ ਭਾਸ਼ਾ ਵੰਨਗੀਆਂ, ਵੰਨਗੀਆਂ ਦੇ ਕਿਸਮ, ਜਿਵੇਂ ਭਾਸ਼ਾ ਕੀ ਹੁੰਦੀ ਆ, ਹੈ ਨਾ, ਅੱਗੇ ਉਹਦੀਆਂ ਕਿਸਮਾਂ। ਇਹ ਬੜਾ ਸੌਖਾ ਪ੍ਰਸ਼ਨ ਹੈ ਬੇਟੇ, ਮੈਂ ਵੈਸੇ ਇਸ ਚੈਨਲ ਦੇ ਉੱਤੇ ਆਲਰੇਡੀ ਪਾਇਆ ਹੋਇਆ ਹੈ, ਜਿਵੇਂ ਟਕਸਾਲੀ ਭਾਸ਼ਾ ਕੀ ਹੁੰਦੀ ਹੈ, ਵਿਅਕਤੀਗਤ ਭਾਸ਼ਾ ਕੀ ਹੁੰਦੀ ਹੈ, ਗੁਪਤ ਭਾਸ਼ਾ ਕੀ ਹੁੰਦੀ ਹੈ, ਰਜਿਸਟਰ ਭਾਸ਼ਾ ਕੀ ਹੁੰਦੀ ਹੈ, ਪਿਜ਼ਨ ਅਤੇ ਕਰੋਰ, ਇਹਦੇ ਵੀ ਨਾਲ ਸੰਬੰਧਿਤ 4 ਪ੍ਰਸ਼ਨ ਦਿੱਤੇ ਹੋਣਗੇ ਅਤੇ 2 ਪ੍ਰਸ਼ਨਾਂ ਦੇ ਉੱਤਰ ਤੁਸੀਂ ਦੇਣੇ ਹੋਣਗੇ, ਅਤੇ ਇਹ 10 ਨੰਬਰ ਦਾ ਹੋਊਗਾ 6ਵਾਂ ਪ੍ਰਸ਼ਨ। ਤਾਂ ਇਹ ਪੂਰਾ ਜਿਹੜਾ ਆਪਣਾ ਸਿਲੇਬਸ ਹੈਗਾ, ਪੂਰਾ ਆਪਣਾ ਬਾਇਓਡਾਟਾ ਹੈਗਾ ਵੀ ਆਪਾਂ ਕਿਸ ਤਰ੍ਹਾਂ ਪੇਪਰ ਜਿਹੜਾ ਹੈ ਉਹਦੇ ਲਈ ਪੈਟਰਨ ਹੈਗਾ। ਅਤੇ ਆਪਾਂ ਹੁਣ ਲਗਾਤਾਰ ਇਸ ਵਿਸ਼ੇ ਨਾਲ ਸੰਬੰਧਿਤ ਹੀ ਘੱਟੋ ਘੱਟ 4 ਵੀਡੀਓਜ਼ ਪਾਊਂਗੀ ਮੈਂ ਸਿਲੇਬਸ ਦੀਆਂ, ਅਤੇ ਉਸ ਤੋਂ ਬਾਅਦ ਫਿਰ 5ਵੇਂ ਸਮੈਸਟਰ ਦੀਆਂ 4 ਵੀਡੀਓਜ਼ ਪਾਵਾਂਗੀ। ਅਤੇ ਇਸ ਤਰ੍ਹਾਂ ਤੁਹਾਡਾ ਵਾਰੀ ਦੇ ਨਾਲ ਤੁਹਾਡਾ ਸਿਲੇਬਸ ਜਿਹੜਾ ਹੈਗਾ ਤੁਹਾਡੇ ਐਗਜ਼ਾਮ ਤੱਕ ਕੰਪਲੀਟ ਕਰਾ ਦਿੱਤਾ ਜਾਊਗਾ। ਅਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰਿਓ, ਫਰੈਂਡਸ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ ਬੇਟਾ। ਅਤੇ ਜੇਕਰ ਇਸ ਚੈਨਲ 'ਤੇ ਨਵੇਂ ਆਏ ਹੈਗੇ ਹੋ ਤਾਂ ਇਸ ਚੈਨਲ ਨੂੰ ਚੰਗੀ ਤਰ੍ਹਾਂ ਜ਼ਰੂਰ ਦੇਖੋ, ਪਲੇਲਿਸਟ ਦੇ ਵਿੱਚ ਹਰ ਹਾਲਤ ਵਿੱਚ ਜਾਇਓ, ਕਿਉਂਕਿ 3ਰੇ ਸਮੈਸਟਰ ਦਾ ਜਿਹੜਾ ਜਨਰਲ ਪੰਜਾਬੀ ਦਾ ਸਾਰਾ ਕੰਮ ਇਸ ਚੈਨਲ ਦੇ ਉੱਤੇ ਪਾਇਆ ਹੋਇਆ ਹੈਗਾ। ਅਤੇ ਇਸ ਚੈਨਲ ਦੇ ਉੱਤੇ ਵਿਆਕਰਨ ਨਾਲ ਸੰਬੰਧਿਤ ਬਹੁਤ ਸਾਰਾ ਕੰਮ ਕੀਤਾ ਹੋਇਆ ਹੈਗਾ। ਅਤੇ ਕਿਉਂਕਿ ਵਿਆਕਰਨ ਦਾ ਜੋ ਕੰਮ ਹੈ ਉਹ ਸਕੂਲ ਲੈਵਲ ਦੇ ਵਿਦਿਆਰਥੀਆਂ ਤੋਂ ਲੈ ਕੇ ਕਾਲਜ ਲੈਵਲ ਤੱਕ ਜਾਂ ਫਿਰ ਕੰਪੀਟੀਸ਼ਨਸ ਹਰ ਕਿਸੇ ਲਈ ਲਾਭਦਾਇਕ ਹੁੰਦਾ ਹੈਗਾ। ਅਤੇ ਜੇਕਰ ਇਹ ਵੀਡੀਓ ਤੁਹਾਡੀ ਪੜ੍ਹਾਈ ਦੇ ਲਈ ਲਾਭਦਾਇਕ ਹੋਈ ਤਾਂ ਫਿਰ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾਂ ਬਿਲਕੁਲ ਨਾ ਜਾਣਾ। ਫਿਰ ਮਿਲਦੇ ਹੈਗੇ ਹਾਂ ਅਗਲੀ ਵੀਡੀਓ।